मेरी गल सुनो, मैं इन्ने दिनां दी कोई तुहानूं गल नहीं दसी। तुहाडी मम्मी ने मेरे नाल गल्लां दो तीन कहियां वा, ते पर हुण मैं किन्नू दसां, तुहानूं ना दसां दे। की गल हो गई? ओदन मैं पिंड एवें नहीं गई, मैनूं तुहाडी मम्मी ने कलाया सी वी मेरे मुंडे ने बाहर जाना, ते पैड़ी बन्ना वेच के ते इत्थे पैसे लिया के सानूं दे। की? हांजी। ओ नहीं, तुहानूं पता मम्मी दे सुभाअ दा ਉਂਝ ਕਰਦੇ ਹੋਣੇ। ਮੈਨੂੰ ਤਾਂ ਉਹਨਾਂ ਨੇ ਕਿਹਾ ਵਾ ਕਿ ਪੈਸੇ ਪੁੱਤ ਮੇਰੇ ਕੋਲ ਬਥੇਰੇ ਆ, ਤੂੰ ਪਾਸਪੋਰਟ ਲਾ। ਨਹੀਂ ਤੇ ਮੈਂ ਝੂਠ ਬੋਲਣ ਡਈ ਆ, ਤੁਹਾਨੂੰ ਮੇਰੇ ਤੇ ਯਕੀਨ ਨਹੀਂ ਹੈਗਾ। ਉਹ ਤੂੰ ਮੰਮੀ ਦਾ ਭੇਤ ਨਹੀਂ ਗਾ ਪਾਇਆ ਹਜੇ, ਉਹ ਤੈਨੂੰ ਤੋਂਦੇ ਹੋਣੇ ਕਿ ਭਲਾ ਇਹ ਕੀ ਆਂਦੀ ਆ। ਬੇਬੇ ਜਿਹੜੇ ਜਿਹੜੇ ਤਰੀਕੇ ਨਾਲ ਉਹਨਾਂ ਨੇ ਗੱਲ ਕੀਤੀ ਨਾ, ਜਿਹੜੇ ਤਰੀਕੇ ਨਾਲ ਉਹਨਾਂ ਨੇ ਮੈਨੂੰ ਕਿਹਾ, ਮੈਨੂੰ ਨਹੀਂ ਉਹ ਲੱਗਦਾ ਕਿ ਉਹ ਮਜ਼ਾਕ ਸੀ, ਉਹ ਸੀਰੀਅਸ ਗੱਲ ਸੀ। ਉਹਨਾਂ ਨੇ ਮੈਨੂੰ ਇੱਕਦਮ ਡਾਂਟ ਕੇ ਕਿਹਾ ਵਾ ਵੀ ਉੱਥੇ ਜਿਹੜਾ ਪੈਲੀ ਬੰਨਾ ਉਹ ਤੇਰਾ ਹੀ ਆ, ਵੇਚ ਕੇ ਕਿਲਾ ਤੇ ਪੈਸੇ ਲਿਆ ਕੇ ਦੇ, ਮੈਂ ਆਪਣੇ ਮੁੰਡੇ ਨੂੰ ਵਧੀਆ ਮੁਲਕ ਚ ਘਲਾਉਣਾ ਵਾ, ਤੇ ਤੁਹਾਡੇ ਕੋਲ ਕੀ ਨਹੀਂ ਹੈਗਾ, ਤੁਸੀਂ ਆਪਣੇ ਘਰੋਂ ਪੈਸੇ ਲਾਓ। ਹਾਂ ਯਾਰ, ਪੈਸੇ ਤੇ ਮੰਮੀ ਨੇ ਮੈਨੂੰ ਖੁਰਗਾ ਕਿ ਪੁੱਤ ਪੈਸੇ ਬਥੇਰੇ ਪਏ ਬੈਂਕ ਚ, ਤੇ ਤੂੰ ਪਾਸਪੋਰਟ ਲਾ। ਉਧਰ ਉਹਨਾਂ ਨੂੰ ਫਿਰ ਪੈਸੇ ਦਿਖਣ ਡੇ ਸੀ ਨਾ ਮੇਰੇ ਪੇਕਿਆਂ ਵੱਲ, ਉਹ ਜਿਹੜਾ ਅਸੀਂ ਮਸਕ ਜਿੰਨਾ ਲਿਆਂਦਾ ਉਹਨੂੰ ਅਸੀਂ ਧੱਕਾ ਦੇ ਦਈਏ ਹੁਣ। ਯਾਰ ਅਸੀਂ ਤੈਨੂੰ ਕਿਹਾ ਕਿ ਅਸੀਂ ਵੀ ਤੂੰ ਪੈਲੀ ਵੇਚ, ਜਾਂ ਡੈਡੀ ਨੇ ਕਿਹਾ ਜਾਂ ਮੈਂ ਤੈਨੂੰ ਕਿਹਾ ਹੋਵੇ, ਪਰ ਮੰਮੀ ਨੇ ਤੇ ਕਿਹਾ ਨਾ, ਉਹ ਵੀ ਤੁਹਾਡੇ ਘਰ ਦਾ ਜੀ ਆ। ਕੋਈ ਨੀ, ਮੰਮੀ ਨੂੰ ਸਮਝਾ ਲਾਂਗੇ। ਕੀ ਪਤਾ ਕਦੋਂ ਸਮਝਾਉਣਾ ਵਾ, ਫੇਰ ਇੱਕ ਵਾਰੀ ਮੈਨੂੰ ਧੱਕਾ ਦੇਣਗੇ ਤੇ ਫੇਰ ਤੁਸੀਂ ਤੁਹਾਨੂੰ ਆਉਣੇ ਆ ਘਰ। ਨਹੀਂ ਨਹੀਂ ਕੋਈ ਗੱਲ ਨਹੀਂ, ਸਮਝਾ ਲਿਓ ਮੰਮੀ। ਨਹੀਂ ਤਾਂ ਇੱਦਾਂ ਗੱਲ ਨਹੀਂ ਨਾ ਬਣਦੀ, ਮੈਂ ਕਿਤਨਾ ਇੱਦਾਂ ਰਵਾਂ। ਉਹ ਮੈਨੂੰ ਫਿਰ ਉਦਨ ਫਿਰ ਜਿੱਦਣ ਮੈਂ ਉੱਥੋਂ ਆ ਗਈ ਹਾਂ, ਉਹ ਕੇ ਉਹ ਮੈਨੂੰ ਕਹਿੰਦੇ ਵੀ ਪੈਸੇ ਨਹੀਂ ਲੈ ਕੇ ਆਈ, ਮੈਂ ਵੀ ਮੈਂ ਨਹੀਂ ਇਹ ਕੰਮ ਕਰਨਾ ਹੈਗਾ, ਮੇਰੇ ਜਿੱਦਾਂ ਪੇਕੇ ਖਤਮ ਹੋ ਜਾਣੇ, ਮੈਂ ਕਿਹੜੀ ਕਦੇ ਸਣਾ। ਚੱਲ ਕੋਈ ਨਾ, ਤੂੰ ਨਾ ਚਿੰਤਾ ਕਰ ਕੋਈ ਵੀ, ਨਾ ਤੂੰ ਕਿਸੇ ਨਾਲ ਹੋਰ ਗੱਲ ਕਰੀ, ਡੈਡੀ ਨੇ ਆਉਣਾ ਅੱਜ ਕੱਲ੍ਹ 'ਚ, ਫਿਰ ਮੈਂ ਡੈਡੀ ਨਾਲ ਗੱਲ ਕਰਕੇ ਤੇ ਮੰਮੀ ਸਮਝਾਉਂਦੀ ਹਾਂ। ਠੀਕ ਤਾਂ ਤੁਸੀਂ ਕਦੋਂ ਗੱਲ ਕਰਨੀ ਹੈ? ਚੱਲ ਠੀਕ ਆ, ਮੈਂ ਮੋਟਰ ਤੋਂ ਹੋਵਾਂ, ਬੱਤੀ ਹੈਗੀ ਵੀ ਨਹੀਂ ਆ, ਟਾਈਮ ਹੋ ਗਿਆ ਵਾ, ਮੈਨੂੰ 2 ਘੰਟੇ ਲੱਗ ਜਾਣੇ, ਅਤੇ ਰੋਟੀ ਤਿਆਰ ਰੱਖੀ ਜਾਂਗਾ, ਮੈਂ ਰੋਟੀ ਖਾ ਕੇ ਫਿਰ ਗੇੜਾ ਲਾਉਣ ਜਾਣਾ। ਚੰਗਾ ਵਾ, ਮਾਂ ਪੈਸੇ ਮੰਗਦੀ ਆ ਅਤੇ ਪੁੱਤ ਪੜਦੇ ਪਾਉਂਦਾ ਵਾ, ਕੀ ਪਤਾ ਹੁਣ ਇਹਨਾਂ ਦੇ ਦਿਲ 'ਚ ਕੀ ਆ ਅਤੇ ਕੀ ਨਹੀਂ ਆ। ਜੇ ਮੈਂ ਕੋਈ ਗੱਲ ਕਰਾਂ ਤਾਂ ਫਿਰ ਮੈਂ ਬੁਰੀ, ਹੁਣ ਆਪਣੀ ਮੰਮੀ ਨਾਲ ਗੱਲ ਕਰੇ ਤਾਂ ਹੀ ਆ ਨਾ, ਮੈਂ ਕਿਤੇ ਜਾਣ ਜੋਗੀ ਨਾ ਹੋਰ। ਮੰਮੀ ਮੈਂ ਜਿਹੜੀਆਂ ਤੁਸੀਂ ਗੱਲਾਂ ਕਹੀਆਂ ਮੈਂ ਉਹ ਦੱਸੀਆਂ ਵਾ ਉਹਨਾਂ ਨੂੰ, ਮੈਂ ਕਿਹੜੀ ਕੋਈ ਵਾਧੂ ਗੱਲ ਦੱਸੀ ਆ। ਕਿੰਨਾ ਮੇਰਾ ਮੁੰਡਾ ਚੰਗਾ, ਮੇਰੀ ਇੱਜ਼ਤ ਕਰਦਾ, ਤੈਨੂੰ ਆਖੀ ਬਣ ਜਾ ਬੰਨੇ ਦੀ। ਕਈ ਫੜ ਲਈ ਤਾਰ ਤੇ ਅੰਦਰੇ ਰਹਿ ਗਈ, ਤਾਰ ਲਿਆਵਾਂ ਪਹਿਲਾਂ। ਮੰਮੀ ਇਹ ਕਿਹੜਾ ਕੰਮ? ਹਾਏ ਹਾਏ, ਮੈਨੂੰ ਤਾਂ ਪੈ ਗਈ ਵੇ, ਮੈਨੂੰ ਤਾਂ ਮਾਰ ਛੱਡਿਆ ਵੇ, ਚੰਗਾ ਹੋਇਆ ਤੂੰ ਆ ਗਿਆ ਮਾਂ। ਨਹੀਂ ਮਾਰ ਤੂੰ ਨਹੀਂ ਦੇ ਰਿਹਾ ਨੂੰ, ਮੈਂ ਨਹੀਂ ਮਾਰਿਆ, ਮੇਰੇ ਤਾਂ ਹੱਥੀਂ ਪੈ ਗਈ, ਮੈਨੂੰ ਤਾਂ ਕਾਹ ਹੀ ਲਿਆ ਇਹਨੇ। ਮੰਮੀ ਮੈਂ ਰੱਖੀ ਵੇ, ਕਿਉਂ ਝੂਠ ਝੂਠ ਬੋਲੀ ਜਾਂਦੇ ਜੇ? ਮੇਰਾ ਬਹਿ ਜੇ ਮਾਸੀ ਦਾ, ਜਿਹਨੇ ਮੈਨੂੰ ਇਦਾਂ ਦੀ ਲਿਆ ਕੇ ਦਿੱਤੀ, ਮੈਂ ਜੇ ਤੂੰ ਨਾ ਹੁੰਦਾ ਇਹਨੇ ਤਾਂ ਮੈਨੂੰ ਢਾਇਆ ਸੀ, ਇਹਨੇ ਮੈਨੂੰ ਮਾਰ ਛੱਡਣਾ ਸੀ। ਮੰਮੀ ਮੈਂ ਸਭ ਕੁਝ ਵੇਖ ਲਿਆ ਅੱਖੀਂ ਆਪਣੀ, ਕੌਣ ਕਿਹਨੂੰ ਢਾਉਂਦਿਆ ਸੀ? ਚੁੱਪ ਕਰਕੇ ਤਾਂ ਬਹਿ ਜਾ, ਤੂੰ ਵੀ ਕਿਤੇ ਸੱਚੀ ਗੱਲ ਕਰ ਲਿਆ ਕਰ। ਮੈਂ ਵੇਖ ਲਿਆ ਤੂੰ ਵੇਖਣਾ ਸੀ, ਡੈਡੀ ਦਾ ਮੇਰੇ ਨਾਲ ਉਹੀ ਸਵੇਰੇ ਗੱਲ, ਬਸ ਘੜੀ ਤਾਂ ਕੌਣ ਹੀ ਵਾਲੇ ਆ, ਆ ਜਾਣਾ ਉਹਨਾਂ ਨੇ ਵੀ ਅੱਜ। ਮੈਨੂੰ ਇਹ ਦੱਸ ਤੁਸੀਂ ਚਾਹੁੰਦੇ ਕੀ ਜੇ ਹੁਣ? ਇਹਨੂੰ ਪੁੱਛ, ਇਹੋ ਹੀ ਜ਼ਬਾਨ ਲੜਾਉਂਦੀ ਹੋ। ਮੈਂ ਕੁਛ ਵੀ ਨਹੀਂ ਕਿਹਾ, ਮੈਂ ਤੁਹਾਨੂੰ ਜਿਹੜੀਆਂ ਗੱਲਾਂ ਮੰਮੀ ਨੇ ਕਹੀਆਂ ਮੈਂ ਉਹ ਦੱਸੀਆਂ ਸੀ, ਇੰਨਾ ਇਸੇ ਗੱਲੋਂ ਮੈਨੂੰ ਪੈ ਗਿਆ। ਜਿਹੜੀ ਤੁਹਾਡੇ ਦਿਮਾਗ 'ਚ ਗੱਲ ਨਾ ਜ਼ਮੀਨ ਵਾਲੀ ਉੱਥੋਂ ਵੇਚਣ ਦੀ, ਮੈਂ ਨਹੀਂ ਵੇਚਣ ਦੇਣੀ ਇਹਨੂੰ।
ਕਰਨਾ ਹੋ ਨਾ ਲੜਿਓ ਕਿਤੇ ਕੰਮ ਕਰ ਕਰਾਂ ਦੋ ਮੈਨੂੰ ਕੋਈ ਤੇ ਮੈਂ ਘਰੇ ਬਿਠਾ ਲਿਆ ਕਰਾਂ ਇਹਨੂੰ ਇੰਨਾ ਤਾਂ ਪੁੱਛੇ ਮੇਰੇ ਗੱਲ ਕਿਉਂ ਪਈ ਅੱਜ ਮੈਂ ਨਹੀਂ ਤੇ ਰਹਿਣਾ ਮੈਂ ਮੰਮੀ ਮੈਨੂੰ ਫੋਨ ਕਰ ਦੋ ਮੈਂ ਜਾਣਾ ਚੱਲ ਜਾ ਤੂੰ ਮੈਨੂੰ ਨਹੀਂ ਲੋੜ ਹੈਗੀ ਤੇਰੇ ਤੋਂ ਬਾਬਾ ਚੁੱਪ ਕਰ ਜੋ ਚੁੱਪ ਕਰ ਜੋ ਵਸਣਾ ਤਾਂ ਮੇਰਾ ਘਰ ਹੁਣ ਪਹਿਲਾਂ ਇਹਨੇ ਮੈਨੂੰ ਹੱਥੀ ਮੇਰੇ ਪਈ ਤੇ ਪਈ ਕਿਹਦੀ ਜੁੱਤ ਕਿੱਦਾਂ ਪਈ अपना मुंडा सची ना हो बोती ये सस ने तेन को गया या? कोई नहीं पुछ लेने कोई गल नहीं चुप हो जा रोना नहीं गा तू चुप कर मैं पुछ दी हाँ की गल हुई है मैं हूने आनी हाँ ठीक आ चुप कर जा तू मैं हूने आ चली हाँ पुछ नहीं इन्हें मैं पढ़ा जा के हूँ मैं की करा कि किनू नाल मैं लैके जावा हूँ इन्नी छेती मुंडा तो स्कूल गया है इदा कर दी भी माता लाइनी फोन हैलो सत श्रीकाल इदा करो भी माता घलाओ इतने हमें घला दो बलजीत की सस ने तो बहुत कुछ वो किया मेरी तो कुड़ी रोन डी कुड़ी बहुत रोन डही आ तो माता जिनी छेती होंगी मेरे को भेजो मैं अज अपनी कुड़ी को पहुंचना आ बहुत बुरी हालत की है मेरी कुड़ी की वो तो रोई जान डही आ कभी उन्होंने पैली सुना कभी उन्होंने कोह कहते पैली मंगन डे पे वे को खिला दो माता तो कहती जी बड़े चंगे आ पता नहीं की हो गया है वो तो मेरी कुड़ी तंग ही बड़ा कर डे इन सिफत करती ही इदा वा वो इदा वा इदा वा पता नहीं मेरी धी ना की कर डे गल की होनी है उहदी कुड़ी नूं तंग ही बड़ा करदे आ क्यों की पता हुण मैनूं कुड़ी दा फोन आया कुड़ी रोई जाण डही आ कदी आंदी मैनूं कहिंदी आ पैली लैके आ कदी आंदी मैनूं कुछ कहिंदे आ उहदा तंग ही बड़ा कर रहे आ कुड़ी नूं लालची बड़ा है। अच्छा माता तू आंदी मेरे रिश्तेदार चंगे ही बड़े है वो तो कुड़ी नूं तंग बड़ा करदे है ना भनेवा मेरा तो कहते इन्ना चंगा है कोई उन्होंने तो कि उन्होंने एक रुपये तो लालच की गल नहीं उन्हें की थी इदा भी हम पहला जा तू पुछ जा के उन्होंने भी कि गलो इन्ना कुड़ी तंग कर दे अच्छा नहीं मैं जानी हाँ जदों मैं विच हो तो मैं जावा ना मैं गल करांगी तू फिक्र ना कर बहुता ना मैनू तो बड़ा फिक्र हो कुड़ी का टेंशन ना लै बहुती माता तू भी चल तो मैं भी नाल चलती हाँ चल चंगा जाके तो पूछिए दोए चलिए फिर
ਦੋਵੇਂ ਚਲੀ ਗਏ ਨੇ ਆਹੋ ਨਹੀਂ ਪੁੱਛਨੇ ਆ ਪੁੱਛਣਾ ਨੇ ਸਾਡੀ ਧੀ ਕਿਉਂ ਔਖੀ ਹੋਏ ਆਹੋ ਕਿਹੜਾ ਉਹਨਾਂ ਕੋਲ ਕੁਝ ਲੈ ਲਿਆ ਵਾ ਹੈ ਉਦਣ ਤਾਂ ਗੱਲਾਂ ਹੀ ਬੜੀਆਂ ਸੋਹਣੀਆਂ ਕਰਦੇ ਹਨ ਮੈਂ ਆਪਣੇ ਭਣੇਵੇਂ ਨਾਲ ਵੀ ਗੱਲ ਕਰਾਂਗੀ ਮੈਂ ਆਖਾਂਗੀ ਅੱਜ ਤੇਰੇ ਘਰ 'ਚ ਇੰਨੀ ਲੜਾਈ ਪੈ ਗਈ ਹੈ ਤੇ ਤੂੰ ਕੀ ਕਰਨਾ ਤੈਨੂੰ ਕੋਈ ਪਤਾ ਨਹੀਂ ਆਹੋ ਉਹੋ ਜਿਹੀ ਉਹ ਤਾਂ ਸਿਆਣਾ ਹੀ ਬੜਾ ਉਹ ਤਾਂ ਸਿਆਣਾ ਹੀ ਬੜਾ ਕਾਹਦੀ ਸਿਆਣਤ ਹੈ ਜਦੋਂ ਜੀਆਂ ਨੂੰ ਹਟਾ ਹੀ ਨਹੀਂ ਸਕਦਾ ਆਪਣਿਆਂ ਨੂੰ ਨਹੀਂ ਸਿਆਣਾ ਹੀ ਸੀ ਪਤਾ ਨਹੀਂ ਹੁਣ ਹੋਇਆ ਕੀ ਹੁਣ ਜਾਵਾਂਗੀ ਤਾਂ ਪਤਾ ਲੱਗੇਗਾ ਨਾ ਚਲੋ ਜਾਂਦੇ ਹਾਂ ਫਿਰ ਠੀਕ ਆ ਹਾਂ ਉੱਠ ਤੂੰ ਚੱਲ ਗਏ ਰਿਸ਼ਤਾ ਕੀਤਾ ਵਾ ਪੈਲੀ ਨੂੰ ਹਾਡੀ ਨੂੰ ਅੱਛਾ ਇਹ ਹੁਣ ਵਿੱਚ ਉਹ ਮੈਨੂੰ ਮੰਮੀ ਕਰਦੀ ਰਹਿੰਦੀ ਆ ਕੁਛ ਨਾ ਕੋਈ ਗੱਲਾਂ ਬਾਤਾਂ ਚੋਂਦਗੀ ਲਾਉਂਦੀ ਰਹਿੰਦੀ ਮੈਨੂੰ ਅੱਛਾ ਇਹਨੇ ਮੈਨੂੰ ਉਦਣ ਵੀ ਘਲਾਤਾ ਬਹਾਨੇ ਨਾ ਵੀ ਜਾ ਪੈਲੀ ਬੰਨਾ ਉੱਥੋਂ ਵੇਚਿਆ ਤੇ ਮੈਂ ਆਪਣੇ ਮੁੰਡੇ ਨੂੰ ਬਾਹਰ ਘਲਾਉਣਾ ਵਾ ਅੱਛਾ ਮੈਂ ਤੇ ਮੰਮੀ ਨੂੰ ਤੇ ਕੋਈ ਗੱਲ ਦੱਸੀ ਨੀ ਮੈਂ ਸਗੋਂ ਪਵਿੱਤਰ ਨੂੰ ਗੱਲ ਦੱਸ ਆਈ ਆ ਤੇ ਪਵਿੱਤਰ ਵੀ ਉਹਦਾ ਪਰੇਸ਼ਾਨ ਜਿਹਾ ਹੋ ਗਿਆ ਇਹ ਗੱਲ ਸੁਣ ਕੇ ਨਿਆਣਾ ਜਿਹੇ ਹਾਂਜੀ ਤੇ ਮੰਮੀ ਨੂੰ ਮੈਂ ਕੁਛ ਨੀ ਦੱਸਿਆ ਸਗੋਂ ਮੈਂ ਕਿਹਾ ਚੱਲ ਆਪੇ ਹਟ ਜਾਣਗੇ ਹਟ ਜਾਣਗੇ ਤੇ ਪਰ ਮੰਮੀ ਨੇ ਅੱਜ ਮੈਨੂੰ ਬੜਾ ਕੁੱਟਿਆ ਅੱਛਾ ਹੱਥੀ ਪੈ ਜਾਂਦੀ ਆ ਆਪਣੀ ਕੁੜੀ ਏਦਾਂ ਵੇਖੀ ਜਾਂਦੀ ਤੇ ਮੈਂ ਉਹਨੂੰ ਪੁੱਛਣੀ ਆ ਮੈਂ ਕੁੱਟਣ ਨੂੰ ਥੋੜੀ ਇੱਥੇ ਕਲਾਈ ਆ ਨਾ ਕੁੱਟਣ ਨੂੰ ਇੱਥੇ ਕਲਾਈ ਆ ਬੜੇ ਮੇਰੇ ਬਾਲ ਕੋਈ ਚੱਲ ਚੁੱਪ ਕਰ ਜਾ ਤੂੰ ਚੁੱਪ ਕਰ ਹੁਣ ਮੈਂ ਇਹਨੂੰ ਲੈ ਜਾਣਾ ਆਪਣੀ ਕੁੜੀ ਨੂੰ ਨਾਲ ਹੀ ਸੱਸ ਕਿੱਥੇ ਆ ਉਹ ਨਹੀਂ ਮੇਰੇ ਨਾਲ ਕੁੰਦੇ ਉਹਨਾਂ ਨੇ ਮੈਨੂੰ ਬੜਾ ਕੁੱਟਿਆ ਉਹ ਪਤਾ ਨਹੀਂ ਹੁਣ ਕਿੱਥੇ ਚੱਲ ਗਏ ਆ ਮਾਰੀ ਤੱਤੀ ਤੱਤੀ ਦੇਖ ਲੋਕੀ ਕਿਤੇ ਏਦਾਂ ਦੇ ਕੰਮ ਕਰਦੇ ਆ ਜਿੱਦਾਂ ਦੇ ਉਹਨੇ ਕੀਤੇ ਆ ਤੇਰੇ ਵੀਰ ਕਿੱਥੇ ਵੈ ਇਹਨੂੰ ਚਲਾਕੋ ਨੂੰ ਮੈਂ ਪੁੱਛਦੀ ਆ ਨਾ ਬਾਹਰ ਐਡੀ ਇਹ ਚਲਾਕ ਵਾ ਕਿਤੇ ਨਾ ਮੈਂ ਆਪਣੇ ਆਪਣੇ ਮੈਂ ਵੀ ਪੁੱਛਣੀ ਆ ਮੈਂ ਸਾਰਿਆਂ ਨੂੰ ਅੱਜ ਪੁੱਛ ਕੇ ਜਾਣਾ ਅੱਜ ਗੱਲ ਕਰਕੇ ਜਾਣਾ ਮੈਂ ਇਹਨਾਂ ਨਾਲ ਇੱਕ ਨਾ ਇੱਕ ਆਹ ਚੰਗਾ ਨੌਂ ਧੀਆਂ ਵਾਲਾ ਕੰਮ ਕੀਤਾ ਵਾ ਇਹਨੇ ਹੈ ਨਹੀਂ ਵੇਖ ਨਹੀਂ ਕੁੜੀ ਨੂੰ ਫੱਟੜ ਹੀ ਕਰ ਛੱਡਿਆ ਨੇ ਉੱਠੋ ਦੋਏ ਜਣੀਆਂ ਤੇ ਬਾਹਰ ਬਹੀਏ ਬਾਹਰ ਗੱਲ ਕਰਾਂਗੇ ਕੋਈ ਇਹਦਾ ਭੈਣ ਭਰਾ ਵੀ ਸੁਣੇਗਾ ਆਹ ਨੀ ਅੰਦਰ ਵੜ ਕੇ ਗੱਲ ਕਰਨੀ ਚੱਲ ਉੱਠ ਕੁੜੀਏ ਸਾਨੂੰ ਡਰ ਨੀ ਪਿਆ ਮੰਮੀ ਤੁਸੀਂ ਚੱਲ ਜਾ ਮੈਂ ਨੀ ਜਾਣਾ ਮੈਨੂੰ ਫੇਰ ਕੁਛ ਕਹਿਣਗੇ ਨਹੀਂ ਨਹੀਂ ਉੱਠ ਕੀ ਕਹਿਣਗੇ ਦੀਦੀ ਉੱਠੋ ਅਸੀਂ ਕਹਿਣ ਦਿੰਦੇ ਆ ਅਸੀਂ ਤੇ ਇਹਨਾਂ ਨੂੰ ਗੱਲ ਨੀ ਕਰਦੇ ਨੀ ਹਾਂ ਮੈਂ ਕੁੜੀ ਦਾ ਕੀ ਹਾਲ ਕਰ ਛੱਡਿਆ ਮੈਂ ਏਦਾਂ ਮੈਂ ਵੀ ਆਪਣੀ ਮੰਮੀ ਨੂੰ ਆਵਾਜ਼ ਮਾਰ ਕਿੱਥੇ ਆ ਮੰਮੀ ਇੱਥੇ ਹੋਣੇ ਆ ਬਲਜੀ ਕਿੱਥੇ ਮੰਮੀ ਸਾਨੂੰ ਤਾਂ ਲੱਭੀ ਨਹੀਂ ਬਲਜੀਤ ਨੂੰ ਕੀ ਪਤਾ ਕਿੱਥੇ ਬਲਜੀਤ ਨਾਲ ਕਿਹੜੇ ਉਹਨੇ ਚੰਗੇ ਕੰਮ ਕੀਤੇ ਆ ਬਲਜੀਤ ਦਾ ਤਾਂ ਕੋਈ ਹਾਲ ਹੀ ਨਹੀਂ ਛੱਡਿਆ ਨੇ ਕੁੜੀ ਦਾ ਤੂੰ ਵੀ ਮੈਂ ਤੇ ਆ ਬੜਾ ਪਰੇਸ਼ਾਨ ਆ ਬੜੀ ਬੜੀ ਸਮਝਾਈ ਦਾ ਪਰ ਨਹੀਂ ਚੱਲਦੇ ਕੀ ਦੱਸੋ ਕਰੇ ਰਿੰਦਾ ਨਹੀਂ ਥੋੜਾ ਜਿਹਾ ਤੂੰ ਖਿਆਲ ਤੇ ਰੱਖਿਆ ਕਰ ਪੁੱਤ ਤੂੰ ਵੇਖਿਆ ਤੇ ਕਰ ਘਰ ਦੇ ਵਿੱਚ ਕੀ ਬਣ ਰਿਹਾ ਆ ਮੰਮੀ ਮੈਂ ਤੇ ਤੁਹਾਨੂੰ ਦੱਸਾਂ ਕੀ ਕਰਾਂ ਮੰਮੀ ਨੂੰ ਤੇ ਬੜਾ ਮੈਂ ਸਮਝਾਉਣਾ ਵਾ ਇੰਨਾ ਲੋਕ ਥੋੜੀ ਕਰਦੇ ਆ ਜਿੱਦਾਂ ਉਹਦੇ ਨਾਲ ਕੀਤੀ ਆ ਅਰੇ ਕੁੜੀ ਦੇ ਤੱਤੀ ਕਰਸ਼ੀ ਮਾਰੀ ਹੁਣ ਤੂੰ ਸੱਦ ਕੇ ਲਿਆ ਉਹਨੂੰ ਅਸੀਂ ਉਹਦੇ ਨਾਲ ਹੁਣ ਇੱਕ ਦੀ ਇੱਕ ਕਰਨੀ ਅੱਜ ਲਿਆ ਉਹਨੂੰ
ਨਹੀਂ ਜਾਣਾ ਆਹ ਲੈ ਜਾਣੀ ਨਾਲ ਹੀ ਹੁਣ।